एडीसी साहब मैं ना साबू आने आया खाले जो बन रहे ने ना सारा मैं देख रहा सही बन रहे किए इतने ना साबू आने एक खाला रुकया पे बन वाला है चार हाँ ये होर भी कई खाले नरेगा के बन जाए नाले चलो लोगों काम भी मिल जूगा पर बन जल्दी जाए किसी तरीके वेख लो हमने करो साबू आना पिंड है अठ खाले ने जल्दी बनवाइए क्योंकि अगू नरमिया नू पानी लगना है झोना झोना आ गया 10-15 दिन दे विच पूरे कराइए। ਫਾਜ਼ਿਲਕਾ ਸਰਹੱਦੀ ਖੇਤਰ ਦੀ ਮੰਗ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਪੂਰਾ ਕਰਦਿਆਂ ਟੈਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਵਾਅਦਾ ਪੂਰਾ ਕੀਤਾ ਸੀ। ਉੱਤੇ ਹੀ ਪਿਛਲੇ ਦਿਨੀ ਕੱਚੇ ਖਾਲਿਆਂ ਨੂੰ ਪੱਕਾ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੌਰਾਨ ਪਾਣੀ ਸੰਬੰਧੀ ਕੋਈ ਸਮੱਸਿਆ ਨਾ ਆਵੇ ਤਾਂ ਕਿ ਕਿਸਾਨ ਸਰਕਾਰ ਵੱਲੋਂ ਮਿੱਥੀ ਤਰੀਕ ਤੱਕ ਝੋਨੇ ਦੀ ਲਵਾਈ ਸ਼ੁਰੂ ਕਰ ਸਕਣ। ਜਿਸ ਸੰਬੰਧੀ ਅੱਜ ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਵਣਾ ਜੀ ਵੱਲੋਂ ਖਾਲਿਆਂ ਨੂੰ ਪੱਕਾ ਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਗਿਆ ਜਿਸ ਦੌਰਾਨ MLA ਸਵਣਾ ਜੀ ਵੱਲੋਂ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ ਗਈ ਕਿ ਉਹ ਜਲਦ ਤੋਂ ਜਲਦ ਕੰਮ ਨੂੰ ਸੰਪੂਰਨ ਕਰਵਾਉਣ ਤਾਂ ਕਿ ਕਿਸਾਨ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਜਲਦੀ ਕਰ ਸਕਣ। ਫਾਜ਼ਿਲਕਾ ਤੋਂ ਰਾਏਵਰ ਸਿੰਘ ਕਚੂਰਾ ਦੇ ਨਾਲ ਜਗਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ। ਆਓ ਮਾਰਦੇ ਹਾਂ ਝਾਤ ਖਾਸ ਖਬਰ ਤੇ ਖਾਲਿਆਂ ਸੰਬੰਧੀ MLA ਸਵਣਾ ਜੀ ਨੇ ਕੀ ਕਿਹਾ, ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਲ ਬੈਲ ਆਈਕਨ ਤੇ ਕਲਿੱਕ ਕਰ ਲਓ। ਜੇਕਰ ਤੁਸੀਂ ਫੇਸਬੁੱਕ ਪੇਜ ਤੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਐਂ ਲਾਈਕ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਅਸੀਂ ਅੱਜ ਨਿਕਲੇ ਹੋਏ ਹਾਂ ਪਿੰਡਾਂ ਦੇ ਵਿੱਚ ਔਰ ਹੁਣ ਪਿੰਡ ਸਾਬੂਆਣਾ ਇੱਥੇ ਆ ਕੇ ਖੇਤਾਂ ਦੇ ਵਿੱਚ ਆਏ ਹਾਂ ਜਿੱਥੇ ਸਾਡੇ ਵੱਲੋਂ ਜਿਹੜੇ ਖਾਲ ਜੋ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਜਿਹੜੇ ਕੱਚੇ ਹੀ ਰੱਖੇ ਪੱਕੇ ਨਹੀਂ ਬਣਾਏ ਉਹਨਾਂ ਸਾਰੇ ਖਾਲਾਂ ਨੂੰ ਅਸੀਂ ਪੱਕਾ ਕਰ ਰਹੇ ਹਾਂ ਔਰ ਕਿਸਾਨਾਂ ਤੱਕ ਜਿਹੜਾ ਪਾਣੀ ਸਹੀ ਤਰੀਕੇ ਨਾਲ ਪਹੁੰਚੇ ਪੱਕੇ ਖਾਲਾਂ ਦੇ ਰਾਹੀਂ ਉਹ ਜਿਹੜੇ ਖਾਲ ਰਹਿੰਦੇ ਨੇ ਅੱਜ ਤੱਕ ਜਿਹੜੇ ਪਿਛਲੇ ਬੜੇ ਹੀ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਇੱਧਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਉਹ ਜਿਹੜੇ ਸਾਰੇ ਖਾਲ ਅਸੀਂ ਪੱਕੇ ਕਰਵਾ ਰਹੇ ਹਾਂ ਉਹਨਾਂ ਦਾ ਕੰਮ ਚੱਲ ਰਿਹਾ ਉਹਨਾਂ ਦਾ ਨਿਰੀਖਣ ਕਰਨ ਲਈ ਪਹੁੰਚੇ ਸੀ ਔਰ ਹੋਰ ਵੀ ਜਿਹੜੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਕੋਈ ਸਾਡੇ ਕੋਲ ਡਿਮਾਂਡ ਆਉਂਦੀ ਹੈ ਕਿਸੇ ਨੇ ਕੋਈ ਖਾਲ ਆਪਦਾ ਜਿਹੜਾ ਸਰਕਾਰੀ ਤੌਰ 'ਤੇ ਖਾਲ ਨੇ ਪੱਕੇ ਕਰਾਉਣੇ ਨੇ ਉਹ ਵੀ ਅਸੀਂ ਹੌਲੀ ਹੌਲੀ ਡਿਮਾਂਡਾਂ ਲੈ ਕੇ ਜਿੱਥੇ ਜਿੱਥੇ ਲੋੜ ਲੱਗਦੀ ਹੈ ਸਾਨੂੰ ਵਾਕਈ ਇੱਥੇ ਲੋੜ ਹੈ ਉਹ ਸਾਰੇ ਅਸੀਂ ਖਾਲ ਪੱਕੇ ਕਰਵਾ ਰਹੇ ਹਾਂ ਔਰ ਜਿਹੜਾ ਕਿਸਾਨਾਂ ਨੂੰ ਨਹਿਰੀ ਪਾਣੀ ਜਿਹੜਾ ਪਹਿਲਾਂ ਅੱਜ ਤੱਕ ਕਿਸੇ ਵੀ ਸਰਕਾਰ ਨੇ ਉੱਧਰ ਵੀ ਖਿਆਲ ਨਹੀਂ ਕੀਤਾ ਜਿਹੜਾ ਟੇਲਾਂ 'ਤੇ ਅੱਜ ਤੱਕ ਪਾਣੀ ਨਹੀਂ ਪਹੁੰਚਿਆ ਸੀ ਵੇਖੋ ਇਹ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੋ ਪਿਛਲੇ ਚੋਣਾਂ ਦੇ ਵਿੱਚ ਮੈਂ ਵਾਅਦਾ ਕੀਤਾ ਸੀ ਕਿ ਟੇਲਾਂ 'ਤੇ ਪਾਣੀ ਜਿਹੜਾ ਕਿਸਾਨਾਂ ਨੂੰ ਨਹੀਂ ਮਿਲਦਾ ਪੂਰਾ ਪਾਣੀ ਪਹੁੰਚਾਵਾਂਗੇ ਉਹ ਅਸੀਂ ਵਾਅਦਾ ਪੂਰਾ ਕੀਤਾ ਮੈਂ ਟੇਲਾਂ 'ਤੇ ਅੱਜ ਪੂਰਾ ਜਿਹੜਾ ਪਾਣੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਟੇਲਾਂ ਫੁੱਲ ਹੁੰਦੀਆਂ ਨੇ ਪਾਣੀ ਪਹੁੰਚਦਾ ਕਿਸਾਨ ਸਾਡੇ ਸਾਰੇ ਜਿੰਨੇ ਵੀ ਨੇ ਸਾਡੇ ਉਹ ਸਾਰੇ ਰਾਜ਼ੀ ਨੇ ਔਰ ਹੁਣ ਜਿਹੜੀ ਸਾਨੂੰ ਇਹਦੇ ਵਿੱਚ ਜਿਹੜੀ ਦਿੱਕਤ ਅੱਗੇ ਜਿਹੜੀ ਕਿਸਾਨਾਂ ਨੂੰ ਆ ਗਈ ਉਹਨਾਂ ਦੇ ਖਾਲੇ ਪੱਕੇ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਕਿਸਾਨਾਂ ਨੂੰ ਤਾਂ ਇਹ ਸੀ ਸਾਡੇ ਪਾਣੀ ਤਾਂ ਨਹਿਰੀ ਪਾਣੀ ਤਾਂ ਪਹੁੰਚਣਾ ਹੀ ਨਹੀਂ ਹੁਣ ਜਦੋਂ ਨਹਿਰੀ ਪਾਣੀ ਪਹੁੰਚਣ ਲੱਗ ਗਿਆ ਤਾਂ ਕਿਸਾਨ ਵੀ ਕਹਿੰਦੇ ਨੇ ਸਾਡੇ ਖਾਲੇ ਪੱਕੇ ਬਣਾਏ ਜਾਣ ਔਰ ਅਸੀਂ ਜਿਹੜੇ ਕਿਸਾਨਾਂ ਦੀ ਡਿਮਾਂਡ ਆ ਰਹੀ ਹੈ ਉਹ ਸਾਰੇ ਅਸੀਂ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਹੈ ਜਿਹੜੀ ਖਾਲੇ ਕਿਸਾਨਾਂ ਦੇ ਪੱਕੇ ਕਰਵਾ ਕੇ ਜਿਹੜਾ ਕਿਸਾਨਾਂ ਨੂੰ ਦੇ ਰਹੀ ਹੈ।